ਸੰਗਤ ਮੰਡੀ ਵਿਖੇ ਅੱਜ ਕਾਟਨ ਫੈਕਟਰੀ ਵਿੱਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਅੰਦਰ ਪਈ ਕਾਟਨ ਨੂੰ ਇੱਕਦਮ ਅੱਗ ਲੱਗ ਗਈ ਅਤੇ ਆਪਣੀ ਲਪੇਟ ਵਿੱਚ ਲੈ ਗਿਆ। ਅੱਗ ਲੱਗਣ ਦਾ ਮੁੱਖ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਗਿਆ ਹੈ। ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਫੈਕਟਰੀ ਅੰਦਰ ਗੱਠਾ ਬਣਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਗੱਠਾ ਬਣਾਉਣ ਵਾਲੀ ਮਸ਼ੀਨ ਵਿੱਚੋਂ ਬਿਜਲੀ ਦਾ ਸਪਾਰਕ ਹੋਣ ਕਾਰਨ ਅੱਗ ਲੱਗੀ ਹੈ। ਸੰਗਤ ਫੈਕਟਰੀ ਐਸੋਸੀਏਸ਼ਨ ਦਾ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਮੰਡੀ ਵਿੱਚ ਫਾਇਰ ਬ੍ਰਿਗੇਡ ਦੀ ਸੁਵਿਧਾ ਨਾ ਹੋਣ ਕਰਕੇ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸੰਗਤ ਮੰਡੀ ਵਿੱਚ ਫਾਇਰ ਬ੍ਰਿਗੇਡ ਦੀ ਸੁਵਿਧਾ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਆਏ ਦਿਨ ਨੁਕਸਾਨ ਹੋ ਰਹੇ ਹਨ ਉਸ ਤੋਂ ਬਚਾਅ ਹੋ ਸਕੇ। ਅੱਗ ਲੱਗ ਗਈ ਸਾਡੇ ਘਰ ਦੇ ਤਕਰੀਬ ਟਾਈਮ ਸੀਗਾ। ਮੇਰੀ ਫੈਕਟਰੀ ਦਾ ਨਾਂ ਹੈ ਦੀਵਾਨ ਸਿੰਘ ਟੇਡਰ ਜੀ, ਅਤੇ ਅਸੀਂ 8:35 ਵਜੇ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ, ਉਹ 9:10 'ਤੇ ਸਾਡੇ ਪਹੁੰਚ ਗਏ। ਉਸ ਤੋਂ ਪਹਿਲਾਂ ਅਸੀਂ ਕੁਛ ਸਾਡੇ ਵਰਕਰਾਂ ਨੇ ਅੱਗ ਦੇ ਕੰਟਰੋਲ ਕਰ ਲਿਆ ਸੀਗਾ, ਅਤੇ ਉਹਨਾਂ ਨੇ ਆ ਕੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ। 10:15 ਤੱਕ ਅਸੀਂ ਅੱਗ ਦੇ ਪੂਰੇ ਕਾਬੂ ਪਾ ਲਿਆ ਸੀਗਾ। ਸਾਡਾ ਥੋੜ੍ਹਾ ਜ਼ਿਆਦਾ ਨੁਕਸਾਨ ਨਹੀਂ ਹੋਇਆ, ਪਰ ਫਾਇਰ ਬ੍ਰਿਗੇਡ ਨੇ ਸਾਡਾ ਨੁਕਸਾਨ ਤੋਂ ਬਚਾ ਲਿਆ। ਹੁਣ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ, ਸਾਡੇ ਸੰਗਤ 2 ਕੁਆਟਰ ਫੈਕਟਰੀ 10-12 ਸ਼ੈਲਰ ਹੈ ਜੀ, ਸੈਨਾ ਸਾਡੇ ਏਰੀਆ 'ਚ ਪੈਂਦਾ, ਉੱਥੇ 5-6 ਫੈਕਟਰੀ ਹੈ ਵੀ ਇੱਥੇ ਫਾਇਰ ਬ੍ਰਿਗੇਡ ਦੀ ਸਾਨੂੰ ਫਾਇਰ ਬ੍ਰਿਗੇਡ ਦਿੱਤੀ ਜਾਵੇ। ਅੱਗ ਲੱਗਣ ਦਾ ਮੇਨ ਕਾਰਨ ਕੀ ਦੱਸਿਆ? ਇਹ ਮੋਟਰ ਦਾ ਸ਼ਾਰਟ ਸਰਕਟ ਨਾ ਹੋਵੇ। ਇੱਕ ਕੁਆਟਰ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਬਹੁਤ ਹੀ ਜ਼ਿਆਦਾ ਮਾਲੀ ਨੁਕਸਾਨ ਹੋਇਆ। ਇਹ ਪ੍ਰਸ਼ਾਸਨ ਨੂੰ ਪਹਿਲਾਂ ਵੀ ਬਹੁਤ ਵਾਰੀ ਮੰਗ ਪੱਤਰ ਦੇ ਚੁੱਕੇ ਹਾਂ ਕਿ ਇੱਥੇ ਇੰਡਸਟਰੀ ਏਰੀਆ ਕਾਫੀ ਵੱਡਾ ਹੈ, ਨਾਲ ਹੀ 5-6 ਕਿਲੋਮੀਟਰ ਛੈਣੇ ਵਾਲਾ ਇੰਡਸਟਰੀ ਏਰੀਆ ਹੈ ਜਿੱਥੇ ਸੈਂਕੜੇ ਤਾਦਾਦ ਵਿੱਚ ਫੈਕਟਰੀਆਂ ਅਤੇ ਹੋਰ ਦੂਸਰੀ ਇੰਡਸਟਰੀ ਲੱਗੀ ਹੋਈ ਹੈ, ਪਰ ਇੱਥੇ ਪ੍ਰਸ਼ਾਸਨ ਕੋਈ ਫਾਇਰ ਬ੍ਰਿਗੇਡ ਸੁਵਿਧਾ ਉਪਲਬਧ ਨਹੀਂ ਕਰਾ ਰਿਹਾ। ਅਸੀਂ ਜਿਹੜੇ ਬਿਜ਼ਨਸਮੈਨ ਫੈਕਟਰੀਆਂ ਨੇ ਪ੍ਰਸ਼ਾਸਨ ਨੂੰ ਕਰੋੜਾਂ ਰੁਪਏ ਟੈਕਸ ਭਰਦੇ ਹਾਂ, ਪਰ ਸਾਡੀ ਛੋਟੀ ਜਿਹੀ ਮੰਗ ਹੈ ਬਹੁਤ ਚਿਰਾਂ ਤੋਂ ਹੈ ਵੀ ਇੱਥੇ ਸਾਡੀ ਸੰਗਤ ਮੰਡੀ ਵਿੱਚ ਫਾਇਰ ਬ੍ਰਿਗੇਡ ਦੀ ਸੁਵਿਧਾ ਜਲਦ ਤੋਂ ਜਲਦ ਉਪਲਬਧ ਕਰਾਈ ਜਾਵੇ, ਪਰ ਕਈ ਸਾਲਾਂ ਤੋਂ ਇਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਅਗਰ ਅੱਜ ਇੱਥੇ ਸੰਗਤ ਮੰਡੀ ਵਿੱਚ ਫਾਇਰ ਬ੍ਰਿਗੇਡ ਹੁੰਦੀ ਤਾਂ ਇਹ ਨੁਕਸਾਨ ਬਹੁਤ ਹੀ ਘੱਟ ਘਟਾਇਆ ਜਾ ਸਕਦਾ ਸੀ ਅਤੇ ਅੱਗ ਨੂੰ ਤਾਂ ਜਲਦੀ ਕਾਬੂ ਪਾਇਆ ਸਕਦਾ ਸੀ।